ਕਰਦੇ ਆ ਜਾਂ ਨਸ਼ਾ ਕਰਦੇ ਆ ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾਉਣੇ ਆ ਕਿ ਬਈ ਨਸ਼ਾ ਛੱਡ ਦਿਓ, ਜਿਹੜੇ ਵੇਚਦੇ ਉਹਨਾਂ ਨੂੰ ਵੀ ਇੱਕ ਵਾਰੀ ਪਿਆਰ ਨਾਲ ਵਾਰਨਿੰਗ ਦਿੰਦੇ ਆ, ਸਮਝ ਜਾਓ ਹਟ ਜਾਓ। ਤੇ ਹੁਣ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਕਹਿੰਦੇ ਝੋਟਾ ਕੌਣ ਹੁੰਦਾ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਵਾਲਾ, ਕਦੇ ਗਲ 'ਚ ਪਵਾਤੇ ਜੀ ਕਦੇ ਕਰਤਾ। ਬਹੁਤ ਸਾਰੇ ਲੋਕ ਅੱਜ ਵੀ ਬੋਲੀ ਜਾਂਦੇ ਉਹ ਤਾਂ ਸੋਸ਼ਲ ਮੀਡੀਆ ਦੇ। ਜੇ ਆਹ ਕੰਮ ਪਹਿਲਾਂ ਪੁਲਿਸ ਹੀ ਕਰ ਲੈਂਦੀ ਫਿਰ ਝੋਟੇ ਵਰਗੇ ਨੌਜਵਾਨ ਨੂੰ ਉੱਠ ਕੇ ਕੀ ਲੋੜ ਸੀ। ਆਹ ਮਾਨਸਾ ਦੇ ਏਰੀਆ 'ਚ ਉੱਠੀ ਜਿਹੜੀ ਆ ਚੰਗਿਆੜੀਆਂ ਨਾ, ਆਹ ਸਾਰੇ ਪੰਜਾਬ 'ਚ ਹੀ ਹੋਊ। ਹੁਣ ਤਾਂ ਪਿੰਡ ਪਿੰਡ ਕਮੇਟੀਆਂ ਬਣਨ ਗਈਆਂ ਜੀ। ਆਹ ਤਾਂ ਜਿਹੜਾ CM ਭਗਵੰਤ ਮਾਨ ਕਹਿੰਦਾ ਨਾ ਮੈਂ ਬਿਆਨ ਨਹੀਂ ਜਾਣਾ, ਤਾਂ ਭੱਜਿਆ ਫਿਰ ਵੀ ਇਹਨੂੰ ਇੱਕ ਮੈਂਬਰ ਵੀ ਨਾ ਜਿੱਤੇ ਅਗਲੀ ਆਉਂਦੀਆਂ ਵੋਟਾਂ ਨੂੰ। ਆਹ ਇੰਨੀ ਪਿੰਡਾਂ ਸਾਨੂੰ ਪਤਾ, ਪਿੰਡਾਂ 'ਚ ਲੋਕ ਇਹਦਾ ਨਾਂ ਨਹੀਂ ਲੈਂਦੇ, ਜਿਹੜਾ ਨਹੀਂ ਲੈਂਦੇ ਇਹਨਾਂ ਦੇ ਮਗਰ ਤਾਂ ਬਹੁਤ। ਜਦੋਂ ਭਗਵੰਤ ਮਾਨ ਜਾਂਦਾ ਰੈਲੀਆਂ 'ਚ ਇਕੱਠ ਤਾਂ ਬਹੁਤ ਦੇਖਿਆ ਸੀ, ਤੁਸੀਂ ਨਾਂ ਨਹੀਂ। ਪੱਕੇ ਭਗਤ ਆ ਇਹਨਾਂ ਦੇ, ਭਗਤਾਂ ਨੇ ਤਾਂ ਵੋਟਾਂ ਪਾ ਦੇਣੀਆਂ, ਕਿਆ ਪਤਾ ਫੇਰ ਜਿਤਾ ਦੇਣਾ। ਕੋਈ ਗੱਲ ਨਹੀਂ ਜੀ, ਇੱਥੇ ਹੁਣ ਪਤਾ ਲੱਗ ਜੂ ਜੇ ਤੁਸੀਂ ਤੁਹਾਡਾ CM ਭਗਵੰਤ ਮਾਨ ਇੱਥੇ ਮਾਨਸਾ ਜਾ ਕੇ ਦੇਖੀ ਅੱਜ, ਉਹਨਾਂ ਮਗਰ ਇਕੱਠ ਦਿਖਾਵਾਂਗੇ ਜਾਂ ਅੱਜ ਸਾਡੇ ਯੋਧੇ ਪਰਮਿੰਦਰ ਝੋਟੇ ਮਗਰ ਇਕੱਠ ਦਾ ਕੇ ਦਿਖਾ। ਪਹਿਲਾਂ ਤਾਂ ਕਹਿੰਦੇ ਸੀ ਨਸ਼ੇ ਦੇ ਖਿਲਾਫ, ਹੁਣ ਤਾਂ ਸ਼ਰਾਬ ਬੰਦ ਦੇ ਠੇਕਿਆਂ ਦੇ ਉੱਤੇ ਲਿਖ ਕੇ ਲਾਤਾ ਕਹਿੰਦੇ ਵੂਮੈਨ ਫਰੈਂਡਲੀ, ਮਤਲਬ ਕਿ ਔਰਤਾਂ ਵੀ ਆ ਜਾਓ। ਥਾਂ ਥਾਂ ਬੋਰਡ ਲੱਗੇ ਪਿਆ ਸਰਕਾਰ ਦੇ ਜੀ, ਅਸੀਂ ਇੰਨੇ ਅਧਿਆਪਕ ਪੱਕੇ ਕਰਤੇ ਜੀ, ਇੰਨੇ ਅਸੀਂ ਬਿਜਲੀ ਘਰਾਂ ਮਾਫ ਕਰਤੀ। ਉਹ ਭਾਈ ਸਾਨੂੰ ਮਾਫੀ ਨਹੀਂ ਚਾਹੀਦੀ, ਸਾਨੂੰ ਤਾਂ ਰੁਜ਼ਗਾਰ ਹੀ ਦੇ ਦਿਓ, ਅਸੀਂ ਆਪਦਾ ਬਿੱਲ ਆਪ ਹੀ ਭਰਦਿਆ ਕਰਾਂਗੇ। ਨਸ਼ਾ ਤਾਂ ਬੰਦ ਕਰ ਸਕਦਾ ਤੁਹਾਡੇ ਕੋਲ ਸਾਰੇ ਸਰਕਾਰੀ ਤੰਤਰ ਮੰਤਰ ਤੁਹਾਡੇ ਹੱਥਾਂ 'ਚ ਆ। ਅਸੀਂ ਤਾਂ 4 ਕਮੇਟੀਆਂ ਬਣਾ ਕੇ 4 ਪਿੰਡਾਂ 'ਚ 2-3 ਦਿਨਾਂ 'ਚ ਨਸ਼ਾ ਬੰਦ ਕਰਤਾ, ਸਾਡੇ ਤਾਂ ਇਹ ਚਿੜੀ ਨਹੀਂ ਫੜਕਦੀ। ਅਤੇ ਤੁਹਾਡੇ ਹੱਥ 'ਚ ਭਾਵੇਂ ਸਰਕਾਰ ਹੋਵੇ, ਸਰਕਾਰੀ ਤੰਤਰ ਮੰਤਰ ਹੋਵੇ, ਜ਼ਿਆਦਾ ਤੁਸੀਂ ਮੈਨੂੰ ਦੇ ਕੇ ਦੇਖ ਇੱਕ ਦਿਨ 4 ਹੱਥ, ਜੇ ਮੈਂ ਨਸ਼ਾ ਬੰਦ ਕਰਕੇ ਦਿਖਾਵਾਂ। ਇਹ ਤਾਂ ਤੁਸੀਂ ਵੀ ਬਾਅਦ 'ਚ ਬਦਲਣਾ ਚਾਹੋ। ਉਹ ਬੀਬੀ ਵੀ ਕਹੀ ਉਹ ਆਏ ਚੁਟਕੀਆਂ ਜੀਆਂ ਵੀ ਇਹਨਾਂ ਦੀਆਂ ਆਉਂਦੀਆਂ ਸਾਹਮਣੇ, ਉਹ ਕਹਿੰਦੇ ਅਸੀਂ ਚੁਟਕੀ 'ਚ ਕਰਾਂਗੇ ਕੰਮ, ਬਾਅਦ ਦੇ ਵਿੱਚ ਕਹਿੰਦੇ ਮਾਫੀਆਂ ਮੰਗ ਲਈਆਂ ਉਹਨਾਂ ਨੇ। ਕਹਿੰਦੇ ਤੁਸੀਂ ਵੀ ਬਾਅਦ 'ਚ ਮਾਫੀ ਮੰਗ ਲਓ। ਜਿਹੜਾ ਨਸ਼ਾ ਮੁੰਡਾ ਮਰਦਾ ਉਹ ਕਤਲ ਹੁੰਦੇ ਇੱਕ, ਮੈਂ ਤਾਂ ਉਹਨਾਂ ਨੂੰ ਕਤਲ ਮੰਨਦਾ ਜੀ। ਇਸ ਕਤਲ ਦਾ ਜ਼ਿੰਮੇਵਾਰ ਕੌਣ ਆ? ਸਰਕਾਰ ਜਵਾਬ ਦੇ, ਸਰਕਾਰ ਜ਼ਿੰਮੇਵਾਰ ਇਸ ਦੀ, ਮੈਂ ਤਾਂ ਸਰਕਾਰ ਨੂੰ ਕਹਿਣਾ ਸਰਕਾਰ ਜ਼ਿੰਮੇਵਾਰ ਆ। ਉਸ ਹਲਕੇ ਦਾ SSP, ਉਸ ਇਲਾਕੇ ਦਾ SHO, ਉਸ ਇਲਾਕੇ ਦਾ MLA, ਮੈਂ ਤਾਂ ਕਹਿੰਦਾ ਨਸ਼ਾ ਇੱਕ ਦਿਨ 'ਚ ਬੰਦ ਹੋ ਜਾਏ, ਉਹਨਾਂ 'ਤੇ ਕਾਰਵਾਈ ਹੋਣ ਲੱਗ ਜੇ। ਪੀ ਸਾਹਿਬ ਨੇ ਇੱਕ ਗੱਲ ਬਹੁਤ ਵਧੀਆ ਸੀ ਇਸ ਇੰਟਰਵਿਊ ਕੀਤੀ, ਉਹ ਕਹਿੰਦੇ ਅਸੀਂ ਨਸ਼ਾ ਤਸਕਰ ਨੂੰ ਚਿੱਟੇ ਦੇ ਕਿਸੇ ਤਸਕਰ ਨੂੰ ਜੇ ਅਸੀਂ ਅੰਦਰ ਵੀ ਦੇ ਦਈਏ ਨਾ, ਪਿੰਡ ਦਾ ਹੀ ਘੜਾਮ ਚੌਧਰੀ ਜਾ ਕੇ ਕਹਿੰਦੇ ਜ਼ਮਾਨਤ ਕਰਾਉਂਦਾ। ਜ਼ਮਾਨਤ ਕਰਾਉਣ ਕਿਉਂ ਜਾਂਦੇ ਕਹਿੰਦੇ? ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਹੱਕ ਦੇ ਵਿੱਚ ਅੱਜ ਮੁੜ ਤੋਂ ਵੱਡਾ ਇਕੱਠ ਹੋਇਆ ਅਤੇ ਸਾਹਮਣੇ ਸਟੇਜ ਲੱਗੀ ਹੋਈ ਹੈ, ਅਤੇ ਸਟੇਜ ਤੋਂ ਜੇ ਆਪਾਂ ਖੱਬੇ ਪਾਸੇ ਜਾਈਏ ਤਾਂ ਬਹੁਤ ਵੱਡਾ ਇਕੱਠ ਵੇਖਣ ਨੂੰ ਮਿਲ ਜਾਂਦਾ। ਤਾਂ ਇਸ ਇਕੱਠ ਦੇ ਵਿੱਚ ਵੱਖ ਵੱਖ ਲੋਕ ਜਿਹੜੇ ਨਸ਼ੇ ਦੇ ਖਿਲਾਫ ਨੇ, ਖਾਸ ਤੌਰ 'ਤੇ ਚਿੱਟੇ ਦੇ ਖਿਲਾਫ ਔਰ ਪਰਵਿੰਦਰ ਸਿੰਘ ਝੋਟਾ ਦੇ ਹੱਕ ਦੇ ਵਿੱਚ ਨੇ, ਉਹ ਲੋਕ ਅੱਜ ਇੱਥੇ ਪਹੁੰਚੇ ਨੇ ਬੋਰਡਾਂ ਦੇ ਉੱਤੇ ਲਿਖ ਕੇ, ਅਤੇ ਬਾਈ ਜੀ ਨੇ ਆਏ ਹੋਏ, ਇਹਨਾਂ ਨੇ ਬੋਰਡ ਲਿਖ ਕੇ ਲਿਆਂਦਾ। ਸੋ ਗੱਲਬਾਤ ਕਰਾਂਗੇ, ਇਹ ਇੱਥੇ ਸਾਰੇ ਦੁਖੀ ਹੋ ਕੇ ਪਹੁੰਚੇ ਹੋਏ ਨੇ, ਕੋਈ ਮਨੋਰੰਜਨ ਦੇ ਲਈ ਕੋਈ ਇੱਥੇ ਨਹੀਂ ਆਇਆ ਹੋਇਆ। ਅਤੇ ਮੈਂ ਵੀ ਜਿਹੜੇ ਅੱਖਾਂ ਦੀ ਕਾਫੀ ਪ੍ਰੋਬਲਮ ਹੈ, ਅੱਖਾਂ ਦੁਖਦੀਆਂ ਸੀਗੀਆਂ, ਪਰ ਫਿਰ ਵੀ ਅਸੀਂ ਆਪਣਾ ਫਰਜ਼ ਸਮਝਦੇ ਹੋਏ ਇੱਥੇ ਅੱਜ ਪਹੁੰਚੇ ਹਾਂ। ਅਤੇ ਬਾਈ ਜੀ ਕੀ ਨਾਮ ਹੈ ਜੀ ਤੁਹਾਡਾ? ਸੰਦੀਪ ਸਿੰਘ ਜੀ। ਊਂ ਤਾਂ ਨਥਾਣੇ ਵਾਲਾ ਝੋਟੇ ਕਹਿਣ ਲੱਗੇ ਹੁਣ। ਅੱਛਾ। ਅਸੀਂ 4 ਕਮੇਟੀਆਂ ਬਣਾ ਲਈਆਂ ਆਪਦੇ ਪਿੰਡਾਂ 'ਚ। ਹਾਂਜੀ ਤੁਹਾਨੂੰ? ਹਾਂਜੀ, ਕਿਉਂਕਿ ਅਸੀਂ ਨਥਾਣੇ 'ਚ ਕਮੇਟੀ ਬਣਾਈ ਪਹਿਲਾਂ, ਫਿਰ ਨਾਲ ਦੇ ਪਿੰਡ ਪੁੱਲੇ 'ਚ ਬਣਾਈ, ਫਿਰ ਪੁੱਲੀ 'ਚ ਬਣਾਈ, ਹੁਣ ਨਾਥਪੁਰੇ 'ਚ ਵੀ ਬਣਾ ਲਈ। 4 ਪਿੰਡ ਅਸੀਂ ਇਕੱਠੇ ਕਰ ਲਏ, ਨਾਲ ਰੋਜ਼ ਲਿਜਾ ਹੋਰ ਪਿੰਡ ਅਸੀਂ ਨਾਲ ਜੋੜ ਰਹੇ ਹਾਂ ਜੀ। ਕਮੇਟੀ ਕੀ ਕਰਦੀ ਤੁਹਾਡੀ? ਕਮੇਟੀ ਅਸੀਂ ਜੀ ਜੋ ਨਸ਼ਾ ਵੇਚਦੇ ਆ ਜਾਂ ਨਸ਼ਾ ਕਰਦੇ ਆ, ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾਉਣੇ ਆ ਕਿ ਬਈ ਨਸ਼ਾ ਛੱਡ ਦਿਓ, ਜਿਹੜੇ ਵੇਚਦੇ ਉਹਨਾਂ ਨੂੰ ਵੀ ਇੱਕ ਵਾਰੀ ਪਿਆਰ ਨਾਲ ਵਾਰਨਿੰਗ ਦਿੰਦੇ ਆ, ਸਮਝ ਜਾਓ ਹਟ ਜਾਓ, ਪਰ ਜਿਹੜੇ ਨਹੀਂ ਹਟਦੇ ਫਿਰ ਇਹਨਾਂ ਦੇ ਅਸੀਂ ਪਰਚਾ ਪਾਉਣੀ ਪਾਉਣੇ ਆ। ਐਵੇਂ ਕਹੀਏ ਪ੍ਰਸ਼ਾਸਨ ਪੂਰਾ ਸਾਥ ਦੇ ਦਿੰਦਾ, ਪੁਲਿਸ ਪ੍ਰਸ਼ਾਸਨ ਪੂਰਾ ਸਾਥ ਦੇ ਰਿਹਾ ਜੀ। ਹੁਣ ਦੇਣ ਲੱਗ ਗਏ ਸਾਥ? ਹਾਂਜੀ ਹੁਣ ਸਾਥ ਦੇ ਰਿਹਾ, ਪਹਿਲਾਂ ਨਹੀਂ ਦੇ ਰਹੇ ਸੀ, ਹੁਣ ਦੇ ਰਿਹਾ ਪੂਰਾ ਜੀ। ਅਤੇ ਹੁਣ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਕਹਿੰਦੇ ਝੋਟਾ ਕੌਣ ਹੁੰਦਾ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਵਾਲਾ, ਕਦੇ ਗਲ 'ਚ ਪਵਾਤੇ ਜੀ ਕਦੇ ਕਰਤਾ। ਬਹੁਤ ਸਾਰੇ ਲੋਕ ਅੱਜ ਵੀ ਬੋਲੀ ਜਾਂਦੇ ਉਹ ਤਾਂ ਸੋਸ਼ਲ ਮੀਡੀਆ ਦੇ ਉੱਤੇ। ਦੇਖੋ ਜੀ, ਜੇ ਆਹ ਕੰਮ ਪਹਿਲਾਂ ਪੁਲਿਸ ਹੀ ਕਰ ਲੈਂਦੀ ਫਿਰ ਝੋਟੇ ਵਰਗੇ ਨੌਜਵਾਨ ਨੂੰ ਉੱਠ ਕੇ ਕੀ ਲੋੜ ਸੀ? ਹੁਣ ਅਸੀਂ ਵੀ ਝੋਟੇ ਕਰਕੇ ਹੀ, ਜੋ ਆਹ ਮਾਨਸਾ ਦੇ ਏਰੀਆ 'ਚ ਉੱਠੀ ਜਿਹੜੀ ਆ ਚੰਗਿਆੜੀਆਂ ਨਾ, ਆਹ ਸਾਰੇ ਪੰਜਾਬ 'ਚ ਹੀ ਹੋਊ। ਹੁਣ ਤਾਂ ਪਿੰਡ ਪਿੰਡ ਕਮੇਟੀਆਂ ਬਣਨ ਗਈਆਂ ਜੀ। ਆਹ ਤਾਂ ਜਿਹੜਾ CM ਭਗਵੰਤ ਮਾਨ ਕਹਿੰਦਾ ਨਾ ਮੈਂ ਬਿਆਨ ਨਹੀਂ ਜਾਣਾ, ਤਾਂ ਭੱਜਿਆ ਫਿਰ ਵੀ ਇਹਨੂੰ ਇੱਕ ਮੈਂਬਰ ਵੀ ਨਾ ਜਿੱਤੇ ਅਗਲੀ ਆਉਂਦੀਆਂ ਵੋਟਾਂ ਨੂੰ। ਆਹ ਇੰਨੀ ਪਿੰਡਾਂ ਸਾਨੂੰ ਪਤਾ, ਪਿੰਡਾਂ 'ਚ ਲੋਕ ਇਹਦਾ ਨਾਂ ਨਹੀਂ ਲੈਂਦੇ,
ਨਾਂ ਨਹੀਂ ਲੈਂਦੇ ਇਹਨਾਂ ਦੇ ਮਗਰ ਤਾਂ ਬਹੁਤ ਜਦੋਂ ਭਗਵੰਤ ਮਾਨ ਜਾਂਦਾ ਰੈਲੀਆਂ 'ਚ ਇਕੱਠ ਤਾਂ ਬਹੁਤ ਦੇਖਿਆ ਸੀ ਤੁਸੀਂ ਨਾਂ ਨਹੀਂ ਪੱਕੇ ਭਗਤ ਆ ਇਹਨਾਂ ਦੇ ਅੱਛਾ ਜੋ ਦਿਹਾੜੀ ਵਾਲੇ ਆ ਜਾਂ ਪੱਕੇ ਭਗਤ ਆ ਅਸੀਂ ਆਪ ਵੋਟਾਂ ਪਾਈਆਂ ਅਸੀਂ ਆਪ ਬਦਲਾਅ ਚਾਹੁੰਦੇ ਸੀ ਅਸੀਂ ਨਸ਼ੇ ਦੀ ਦਲਦਲ 'ਚ ਆਪ ਫਸ ਗਏ ਸੀ ਅਸੀਂ ਚਾਹੁੰਦੇ ਕਿ ਸਾਨੂੰ ਪਰ ਸਾਨੂੰ ਕਿਸੇ ਨੇ ਕੋਈ ਚੰਗਾ ਮੌਕਾ ਹੀ ਨਹੀਂ ਮਿਲਿਆ ਨਿਕਲਣ ਦਾ ਜਿੱਦੇ ਮੌਕਾ ਮਿਲਿਆ ਉਹਦੇ ਆਪ ਬਹੁਤ ਕਬੇਲਾ ਹੋ ਚੁੱਕਿਆ ਸੀ ਉਦੋਂ ਬਾਈ ਜੀ ਉਹਨਾਂ ਨੇ ਕਹਿਣਾ ਵੀ ਸਾਡੇ ਤਾਂ ਫਿਰ ਜਿਵੇਂ ਤੁਸੀਂ ਗੱਲ ਕੀਤੀ ਪੱਕੇ ਭਗਤ ਆ ਉਹ ਤਾਂ ਉਹਨਾਂ ਨੂੰ ਵੀ ਪਤਾ ਵੀ ਸਾਡੇ ਪੱਕੇ ਭਗਤ ਹੈਗੇ ਆ ਇਸ ਕਰਕੇ ਜੋ ਮਰਜ਼ੀ ਕਰੀਏ ਉਹ ਭਗਤਾਂ ਨੇ ਤਾਂ ਵੋਟਾਂ ਪਾ ਦੇਣੀਆਂ ਕਿਆ ਪਤਾ ਫੇਰ ਜਿਤਾ ਦੇਣ ਕੋਈ ਗੱਲ ਨਹੀਂ ਜੀ ਇੱਥੇ ਹੁਣ ਪਤਾ ਲੱਗ ਜੂ ਜੇ ਤੁਸੀਂ ਤੁਹਾਡਾ ਸੀਐਮ ਭਗਵੰਤ ਮਾਨ ਇੱਥੇ ਮਾਨਸਾ ਜਾ ਕੇ ਦੇਖੇ ਅੱਜ ਉਹਨਾਂ ਮਗਰ ਇਕੱਠ ਦਿਖਾਵਾਂਗੇ ਜਾਂ ਅੱਜ ਸਾਡੇ ਯੋਧੇ ਪਰਮਿੰਦਰ ਝੋਟੇ ਮਗਰ ਇਕੱਠ ਆ ਕੇ ਦਿਖਾ ਤੁਹਾਨੂੰ ਆਪ ਹੀ ਪਤਾ ਲੱਗ ਜੂ ਕਿਹਦੇ ਬੰਨੀ ਲੋਕ ਵੱਧਦਾ ਅਤੇ ਸਰਕਾਰ ਆਪ ਹੀ ਪਤਾ ਲੱਗ ਜੂ ਕਿ ਸਰਕਾਰ ਇਹਨਾਂ ਨੂੰ ਪਤਾ ਹੀ ਲੱਗ ਗਿਆ ਲੋਕ ਥੱਲੇ ਕਮੈਂਟ ਪੜ੍ਹ ਲਓ ਤੁਸੀਂ ਆਪ ਹੀ ਪਤਾ ਲੱਗ ਜੂ ਕਿ ਲੋਕ ਇਹਨਾਂ ਨੂੰ ਕਿੰਨਾ ਕੁ ਚਾਹੁੰਦੇ ਆ ਇਹਨਾਂ ਨੇ ਤਾਂ ਹੁਣ ਪਹਿਲਾਂ ਤਾਂ ਕਹਿੰਦੇ ਸੀ ਨਸ਼ੇ ਦੇ ਖਿਲਾਫ ਹੁਣ ਤਾਂ ਸ਼ਰਾਬਾਂ ਦੇ ਠੇਕਿਆਂ ਦੇ ਉੱਤੇ ਲਿਖ ਕੇ ਲਾਤਾ ਕਹਿੰਦੇ ਵੂਮੈਨ ਫਰੈਂਡਲੀ ਮਤਲਬ ਕਿ ਔਰਤਾਂ ਵੀ ਆ ਜਾਓ ਦੇਖੋ ਜੀ ਆਹ ਤਾਂ ਸਰਕਾਰ ਹੁਣ ਨਾ ਸਹੀ ਗਈ ਤਾਂ ਸ਼ਰਾਬ ਦੇ ਨਸ਼ੇ ਦੇ ਕਮਾਈ 'ਚੋਂ ਚੱਲ ਪਈ ਹੁਣ ਔਰਤਾਂ ਜਿਹੜੀਆਂ ਆਪਾਂ ਕਹਿੰਦੇ ਸੀ ਔਰਤਾਂ ਨੂੰ ਉਹ ਔਰਤਾਂ ਨੂੰ ਵੀ ਫਰੈਂਡਲੀ ਇਕਾਸ ਠੇਕੇ ਖੋਲ ਰਿਹਾ ਕਿੰਨੇ ਸ਼ਰਮ ਵਾਲੀ ਗੱਲ ਹੈ ਪੰਜਾਬ ਵਾਸਤੇ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਅਤੇ ਉੱਥੇ ਆਪਾਂ ਸ਼ਰੇਆਮ ਸ਼ਰਾਬ ਸਰਕਾਰ ਆਪ ਵੱਡੇ ਵੱਡੇ ਬੋਰਡ ਲਾ ਰਹੀ ਆ ਤੁਸੀਂ ਦੇਖਿਆ ਅੱਜ ਮੈਂ ਰਸਤੇ ਤੋਂ ਆਇਆ ਥਾਂ ਥਾਂ ਬੋਰਡ ਲੱਗੇ ਪਿਆ ਸਰਕਾਰ ਦੇ ਜੀ ਅਸੀਂ ਇੰਨੇ ਅਧਿਆਪਕ ਪੱਕੇ ਕਰਤੇ ਜੀ ਇੰਨੇ ਅਸੀਂ ਬਿਜਲੀ ਘਰਾਂ ਮਾਫ ਕਰਤੀ ਉਹ ਭਾਈ ਸਾਨੂੰ ਮਾਫੀ ਨਹੀਂ ਚਾਹੀਦੀ ਸਾਨੂੰ ਤਾਂ ਰੁਜ਼ਗਾਰ ਹੀ ਦੇ ਦਿਓ ਅਸੀਂ ਤਾਂ ਆਪਦਾ ਬਿੱਲ ਆਪ ਹੀ ਭਰਦਿਆ ਕਰਾਂਗੇ ਰੁਜ਼ਗਾਰ ਮਿਲਦਾ ਨਹੀਂ ਨਸ਼ੇ ਦਾ ਸਭ ਤੋਂ ਵੱਡਾ ਕਾਰਨ ਹੈਗਾ ਜੀ ਬੇਰੁਜ਼ਗਾਰੀ ਜਦੋਂ ਨੌਜਵਾਨ ਪਲੱਸ ਟੂ ਕਰ ਲੈਂਦਾ ਰੁਜ਼ਗਾਰ ਨਹੀਂ ਮਿਲਦਾ ਟੈਂਸ਼ਨ ਹੋ ਜਾਂਦੀ ਹੈ ਕੁਛ ਘਰ 'ਚ ਕਹਿੰਦੇ ਆ ਵੀ ਤੁਸੀਂ ਕਮਾ ਕੇ ਲਿਆਓ ਕੁਛ ਜਦੋਂ ਕੰਮ ਹੀ ਨਹੀਂ ਮਿਲਦਾ ਛੇ ਛੇ 7,000 ਤੇ ਰੁਪਇਆ ਤੁਹਾਨੂੰ ਵੀ ਪਤਾ ਕੀ ਮੰਨਣ ਮਹਿੰਗਾਈ ਦੇ ਯੁੱਗ 'ਚ ਭਗਵੰਤ ਮਾਨ ਕਹਿੰਦਾ ਅਧਿਆਪਕ ਪੱਕੇ ਕਰਤੇ 23,000 ਕਰਤਾ ਕਹਿੰਦੇ ਉਹ ਤਾਂ ਪਿਛਲੀਆਂ ਸਰਕਾਰਾਂ ਨੇ ਕੀਤਾ ਸੀ ਸਾਨੂੰ ਕਹਿੰਦੇ ਸਾਡੇ ਕੋਲ ਕਿਹੜਾ ਜਾਦੂਰੀ ਛੜੀ ਆ ਟਾਈਮ ਲੱਗਣਾ ਲਾਉਣ ਦੋ ਉਹ ਭਾਈ 1.5 ਸਾਲ ਹੋ ਗਿਆ ਹੁਣ ਤਾਂ ਸੀਐਮ ਇਸ ਪਹਿਲਾਂ ਤਾਂ ਤੁਹਾਡੀ ਗੱਲ ਮੰਨ ਲੈਂਦੇ ਸੀ ਚੱਲ ਹਾਂ ਵੀ ਟਾਈਮ ਥੋੜ੍ਹਾ ਹੋਇਆ ਚੱਲ ਅਸੀਂ ਵੀ ਦਿੱਤਾ ਟਾਈਮ ਇਹਨਾਂ ਨੂੰ ਕਹੀਏ ਅਸੀਂ ਆਖਿਆ ਚੱਲ ਭਾਈ ਟਾਈਮ ਲੱਗੂ ਉਹ ਭਾਈ ਨਸ਼ਾ ਤਾਂ ਬੰਦ ਕਰ ਸਕਦਾ ਤੁਹਾਡੇ ਕੋਲ ਸਾਰੇ ਸਰਕਾਰੀ ਤੰਤਰ ਮੰਤਰ ਤੁਹਾਡੇ ਹੱਥਾਂ 'ਚ ਅਸੀਂ ਤਾਂ 4 ਕਮੇਟੀਆਂ ਬਣਾ ਕੇ 4 ਪਿੰਡਾਂ 'ਚ 2-3 ਦਿਨਾਂ 'ਚ ਨਸ਼ਾ ਬੰਦ ਕਰਤਾ ਸਾਡੇ ਤਾਂ ਅਜੇ ਚਿੜੀ ਨਹੀਂ ਫੜਕਦੀ ਅਤੇ ਤੁਹਾਡੇ ਹੱਥ 'ਚ ਭਾਵੇਂ ਸਰਕਾਰ ਹੋਵੇ ਸਰਕਾਰੀ ਤੰਤਰ ਮੰਤਰ ਹੋਵੇ ਜ਼ਿਆਦਾ ਤੁਸੀਂ ਮੈਨੂੰ ਦੇ ਕੇ ਦੇਖ ਇੱਕ ਦਿਨ 4 ਹੱਥ ਜੇ ਮੈਂ ਨਸ਼ਾ ਬੰਦ ਕਰਕੇ ਦਿਖਾਵਾਂ ਇਹਦੇ ਤੁਸੀਂ ਵੀ ਬਾਅਦ 'ਚ ਬਦਲਣਾ ਜਾਵੇ ਉਹ ਬੀਬੀ ਵੀ ਕਹੀ ਉਹ ਆਏ ਚੁਟਕੀਆਂ ਜਿਹੀਆਂ ਵੀ ਇਹਨਾਂ ਦੀਆਂ ਆਉਂਦੀਆਂ ਸਾਹਮਣੇ ਉਹ ਕਹਿੰਦੇ ਅਸੀਂ ਚੁਟਕੀ 'ਚ ਕਰਾਂਗੇ ਕੰਮ ਬਾਅਦ ਦੇ ਵਿੱਚ ਕਹਿੰਦੇ ਮਾਫੀਆਂ ਮੰਗ ਲਈਆਂ ਉਹਨਾਂ ਨੇ ਕਿਤੇ ਤੁਸੀਂ ਵੀ ਬਾਅਦ 'ਚ ਮਾਫੀ ਮੰਗ ਲਓ ਅਸੀਂ ਕੋਈ ਮਾਫੀ ਨਹੀਂ ਮੰਨਦੇ ਜੀ ਅਸੀਂ ਤਾਂ ਕੰਮ ਕੀਤਾ ਅਸੀਂ ਤਾਂ 3-4 ਦਿਨਾਂ 'ਚ ਆਪਦੇ 4 ਪਿੰਡਾਂ 'ਚ ਚਿੱਟਾ ਬੰਦ ਕਰਕੇ ਦਿਖਾਇਆ ਗੋਲੀਆਂ ਦਿਖਾਈ ਬੰਦ ਕਰਕੇ ਦਿਖਾਈਆਂ ਸਾਡੇ ਪਿੰਡ ਦੇ ਉਹ ਨੌਜਵਾਨ ਦੇਖੋ ਜੀ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਸੀ ਕਿ ਗੋਲੀਆਂ ਖਾਂਦਾ ਕੋਈ ਕੈਪਸੂਲ ਖਾਂਦਾ ਪੱਤਾ ਪੱਤਾ ਗੋਲੀਆਂ ਕੈਪਸੂਲਾਂ ਦਾ ਪੱਤਾ ਪੱਤਾ ਸਿਗਨੇਚਰਾਂ ਦਾ ਖਾਈ ਜਾਂਦੇ ਆ ਉਹ ਵੀ ਉਹ ਖਾ ਰਹੇ ਸੀ ਪਹਿਲਾਂ ਕਹਿੰਦੇ ਚਿੱਟਾ ਨਹੀਂ ਚਿੱਟੇ 'ਤੇ ਸੀ ਚਿੱਟਾ ਨਹੀਂ ਮਿਲਦਾ ਗੋਲੀਆਂ 'ਤੇ ਹੋ ਗਏ ਅਤੇ ਉਹੀ ਨੌਜਵਾਨ ਮੈਨੂੰ ਕਹਿੰਦੇ ਵੀ ਸਾਨੂੰ ਹੁਣ ਦਵਾਈ ਦਵਾਓ ਅਸੀਂ ਵੀ ਕਹਿੰਦੇ ਬਹੁਤ ਥੱਕ ਚੁੱਕੇ ਹਾਂ ਇਹ ਛੱਡਣਾ ਸਾਰੇ ਚਾਹੁੰਦੇ ਆ ਐਵੇਂ ਕਹੀਏ ਉਹ ਵੀ ਦੁਖੀ ਆ ਜਾਂ ਚਿੱਟਾ ਵੀ ਪੀ ਰਹੇ ਉਹ ਵੀ ਬਹੁਤ ਜ਼ਿਆਦਾ ਦੁਖੀ ਆ ਛੱਡਣਾ ਉਹ ਵੀ ਚਾਹੁੰਦੇ ਆ ਪਰ ਉਹਨਾਂ ਨੂੰ ਕੋਈ ਸਹੀ ਕਿਉਂਕਿ ਸਰਕਾਰ ਸਹੀ ਨਸ਼ਾ ਛਡਾਊ ਕੇਂਦਰ ਸਥਾਪਿਤ ਨਹੀਂ ਕਰ ਸਕੀ ਨੌਜਵਾਨਾਂ ਨਾਲ ਅਸੀਂ ਕਿਤੇ ਦਵਾਈ ਲੈਣ ਜਾਂਦੇ ਸੀ ਕੋਈ ਪਿਆਰ ਨਾਲ ਗੱਲ ਨਹੀਂ ਕਰਦਾ ਕੋਈ ਸਹੀ ਜਾਣਕਾਰੀ ਨਹੀਂ ਦਿੰਦਾ ਦਵਾਈ ਹੁਣ ਸਰਕਾਰੀ ਵਾਲੇ ਇੱਕ ਗੋਲੀ ਲਾਉਂਦੇ ਜੀ ਹੁਣ ਜਿਹੜਾ ਚਿੱਟਾ ਗ੍ਰਾਮ ਗ੍ਰਾਮ ਲਾਈ ਜਾਂਦਾ ਇੱਕ ਗੋਲੀ ਨਾਲ ਤਾਂ ਉਹ ਤਾਂ ਕੋਈ ਸਾਰਾ ਦਿਨ ਹੜਦੀ ਨਹੀਂ ਤੋੜ ਉਹ ਪ੍ਰਾਈਵੇਟ 'ਚ ਜਾਂਦਾ ਮੈਨੂੰ ਤਾਂ ਇਹਨਾਂ 'ਤੇ ਐਂ ਸ਼ੱਕ ਹੈ ਕਿ ਸਰਕਾਰੀ ਨੇ ਭੇਜਦੇ ਜਾਣ ਕੇ ਪ੍ਰਾਈਵੇਟ 'ਚ ਕਿ ਪ੍ਰਾਈਵੇਟ ਨੂੰ ਫਾਇਦਾ ਹੋਵੇ ਜਿਹੜੇ ਪਾਸੇ ਦੇਖੋ ਪ੍ਰਾਈਵੇਟ ਨੂੰ ਫਾਇਦਾ ਹੋਵੇ ਕਿ ਲੋਕਾਂ ਦੀ ਲੁੱਟ ਹੋਵੇ ਮੈਂ ਤਾਂ ਆਹੀ ਚਾਹੁੰ ਆਹੀ ਦੇਖਦਾ ਇਹਨਾਂ ਦੇ ਸੈਂਟਰ 'ਚ ਮੈਂ ਜਿੱਥੋਂ ਤੱਕ ਗਿਆ ਕਿ ਆਹ ਚਾਹੁੰਦੇ ਆ ਕਿ ਪ੍ਰਾਈਵੇਟ 'ਚ ਜਾਣ ਜਿੰਨਾ ਚਾਹੁੰਦੇ ਅਗਲੇ ਨਾਲ ਇੰਨੇ ਵਿਰੋਭ ਨਾ ਬੋਲਣਾ ਅਗਲਾ ਆਖੂ ਯਾਰ ਮੈਂ ਇੱਥੇ ਦਵਾਈ ਲੈਣਾ ਆ ਅਤੇ ਇਹਨਾਂ ਤੋਂ ਗਾਲਾਂ ਲੈਣਾ ਆ ਸਟਾਫ ਪਿਆਰ ਨਾਲ ਗੱਲ ਹੀ ਨਹੀਂ ਕਰਦੇ ਇਹਨਾਂ ਦੋ ਬੇਟੇ ਜਿਹੜੇ ਇਹਨਾਂ ਦੇ ਓਟ ਕਲੀਨਿਕ ਆ ਆਪ ਮੈਂ ਅੱਖੀਂ ਦੇਖਿਆ ਅਤੇ ਬਾਈ ਜੀ ਜਦੋਂ ਕੋਈ ਕਿਸੇ ਮੰਤਰੀ ਦੇ ਨਾਲ ਲੀਡਰ ਦਾ ਕਿਸੇ ਦਾ ਵਿਰੋਧੀ ਪਾਰਟੀ ਦੇ ਦਾ ਪੰਗਾ ਪੈ ਜੇ ਉਦੋਂ ਤਾਂ ਬੜੀਆਂ ਇਹ ਸਾਰੇ ਟਵੀਟ ਵੀ ਕਰਦੇ ਆ ਜੀ ਫੇਸਬੁੱਕ ਭਰ ਦਿੰਦੇ ਆ ਭਗਵੰਤ ਮਾਨ ਵੀ ਆ ਨਸ਼ੇ ਦੇ ਖਿਲਾਫ਼ ਪਰਮਿੰਦਰ ਝੋਟੇ ਦੇ ਖਿਲਾਫ਼ ਕਿਸੇ ਨੇ ਚੂੰ ਤੱਕ ਨਹੀਂ ਕੀਤਾ ਹਾਂਜੀ ਦੇਖੋ ਤੁਸੀਂ ਬਹੁਤ ਵਧੀਆ ਆਹ ਸਵਾਲ ਪੁੱਛਿਆ ਥੋੜ੍ਹੀ ਜਿਹੀ ਗੱਲ 'ਤੇ ਇੱਕ ਸੁਖਬੀਰ ਬਾਦਲ ਨੇ ਕੋਈ ਫੋਟੋ ਪਾਤੀ ਜਾਂ ਕੁਛ ਪਾਤਾ ਇੱਕ ਦੂਜੇ ਦਾ ਕਿੰਨੇ ਕਮੇ ਮਿਹਣੋ ਮਿਹਣੀ ਹੋ ਜਾਂਦੇ ਜਨਾਨੀਆਂ ਵਾਂਗੂ ਅਤੇ ਐਡਾ ਵੱਡਾ ਮੁੱਖ ਮੁੱਦਾ ਅਤੇ ਰੋਜ਼ 5-6 ਮੌਤਾਂ ਹੁੰਦੀਆਂ ਹੀ ਆ ਤੁਸੀਂ ਵੀ ਰੋਜ਼ ਅਖਬਾਰ ਪੜ੍ਹਦੇ ਮੈਂ ਵੀ ਪੜ੍ਹਦਾ ਰੋਜ਼ 5 ਨਸ਼ੇ ਦੀ ਓਵਰਡੋਜ਼ ਨਾਲ ਮਰਦੇ ਆ ਮੈਂ ਤਾਂ ਐਂ ਚਾਹੁੰਦਾ ਕਿ ਜਿਹੜਾ ਨਸ਼ੇ ਨਾਲ ਮੁੰਡਾ ਮਰਦਾ ਉਹ ਕਤਲ ਹੁੰਦੇ ਇੱਕ ਮੈਂ ਤਾਂ ਉਹਨਾਂ ਨੂੰ ਕਤਲ ਮੰਨਦਾ ਜੀ ਇਸ ਕਤਲ ਦਾ ਜ਼ਿੰਮੇਵਾਰ ਕੌਣ ਆ ਸਰਕਾਰ ਜਵਾਬ ਦੇ ਸਰਕਾਰ ਜ਼ਿੰਮੇਵਾਰ ਇਸ ਦੀ ਮੈਂ ਤਾਂ ਸਰਕਾਰ ਨੂੰ ਕਹਿਣਾ ਸਰਕਾਰ ਜ਼ਿੰਮੇਵਾਰ ਆ ਉਸ ਹਲਕੇ ਦਾ SSP ਉਸ ਇਲਾਕੇ ਦਾ SH ਉਸ ਇਲਾਕੇ ਦਾ MLA ਮੈਂ ਤਾਂ ਕਹਿੰਦਾ ਨਸ਼ਾ ਇੱਕ ਦਿਨ 'ਚ ਬੰਦ ਹੋ ਜਾਵੇ ਉਹਨਾਂ 'ਤੇ ਕਾਰਵਾਈ ਹੋਣ ਲੱਗ ਜੇ
ਜਿੱਥੇ ਇਹ ਲੋਕ ਤੁਸੀਂ ਲੀਡਰਾਂ ਨੂੰ ਕਿਹਾ ਸਰਕਾਰਾਂ ਜ਼ਿੰਮੇਵਾਰ ਆ, ਉੱਥੇ ਬਈ ਪਿੰਡਾਂ ਦੇ ਵੀ ਤਾਂ ਲੋਕ ਜ਼ਿੰਮੇਵਾਰ ਮੰਨਦੇ ਹੋ? ਕਿਉਂਕਿ DSP ਸਾਹਿਬ ਨੇ ਇੱਕ ਗੱਲ ਬਹੁਤ ਵਧੀਆ ਸੀ ਇਸ ਇੰਟਰਵਿਊ ਕੀਤੀ, ਉਹ ਕਹਿੰਦੇ ਅਸੀਂ ਨਸ਼ਾ ਤਸਕਰ ਨੂੰ ਚਿੱਟੇ ਦੇ ਕਿਸੇ ਤਸਕਰ ਨੂੰ ਜੇ ਅਸੀਂ ਅੰਦਰ ਵੀ ਦੇ ਦਈਏ ਨਾ, ਪਿੰਡ ਦਾ ਹੀ ਘੜਾਮ ਚੌਧਰੀ ਜਾ ਕੇ ਕਹਿੰਦੇ ਜ਼ਮਾਨਤ ਕਰਾਉਂਦਾ, ਜ਼ਮਾਨਤ ਕਰਾਉਣ ਕਿਉਂ ਜਾਂਦੇ ਕਹਿੰਦੇ? ਹਾਂਜੀ, ਤੁਸੀਂ ਬਹੁਤ ਵਧੀਆ ਸਵਾਲ ਕੀਤਾ। ਅਸੀਂ ਆਪਦੇ ਪਿੰਡਾਂ ਦੇ ਨੰਬਰਦਾਰਾਂ ਨੂੰ, MCਾਂ ਨੂੰ ਆਪਦੇ ਗੁਰੂ ਘਰਾਂ 'ਚ ਸੋਹਾਂ ਪਵਾਈਆਂ, ਬਾਈ ਤੁਸੀਂ ਉਹਨਾਂ ਨੇ ਕਿਸੇ ਚਿੱਟੇ ਵਾਲੀ ਤਸਕਰ ਦੀ ਜ਼ਮਾਨਤ ਕਰਾਉਂਗੇ, ਤੁਹਾਡੇ ਅਸੀਂ ਸਮਾਜਿਕ ਬਾਈਕਾਟ ਕਰਾਉਂਗੇ। ਉਹਨਾਂ ਨੇ ਸਾਨੂੰ ਪੱਕਾ ਵਿਸ਼ਵਾਸ ਦਵਾਇਆ ਕਿ ਬਈ ਅਸੀਂ ਕਿਸੇ ਵੀ ਚਿੱਟੇ ਵਾਲੇ ਦੀ ਤਸਕਰ ਦੀ ਅਸੀਂ ਜ਼ਮਾਨਤ ਨਹੀਂ ਕਰਾਉਂਦੇ। ਤੁਹਾਡੀ ਗੱਲ ਸਹੀ ਆ, ਘੜਾਮ ਚੌਧਰੀ ਆਉਣੇ ਵੀ ਨਹੀਂ ਚਾਹੀਦੇ, ਇਹਨਾਂ ਨੇ ਖਰਾਬ ਕੀਤਾ, ਘੜਾਮ ਚੌਧਰੀ ਨੇ ਖਰਾਬ ਕੀਤਾ ਸਾਰਾ ਜਗਾੜਮਿੰਟ ਜਿੰਨਾ ਕੀਤਾ ਨਸ਼ਾ ਤਸਕਰਾਂ ਦਾ। ਪਹਿਲਾਂ ਫੜਦੇ ਹੀ ਨਹੀਂ, ਪਿੱਛੋਂ ਫੋਨ ਵਗ ਜਾਂਦਾ। ਆਹ ਸੱਚੀ ਗੱਲ ਆ ਜਮਾਂ ਤੁਹਾਡੀ। ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੀ ਜਵਾਨੀ ਬਚਾਈਏ। ਆਹ ਬੇਗਾਨੇ ਘਰੇ ਅੱਗ ਤਾਂ ਆਪਾਂ ਨੂੰ ਦਿੰਦੀ ਆ, ਅੱਗ ਤਾਂ ਕੋਈ ਪਤਾ ਨਹੀਂ ਕਦੋਂ ਆਪਦੇ ਘਰੇ ਪੈ ਜੇ। ਬਹੁਤ ਸਾਰਿਆਂ ਨੂੰ ਹੱਥ ਬਣ ਕੇ ਬੇਨਤੀ ਆ ਕਿ ਪੰਜਾਬ ਦੀ ਜਵਾਨੀ ਬਚਾ ਲਈ ਯਾਰ, ਹੁਣ ਬਹੁਤ ਹੋ ਗਿਆ, ਬਹੁਤ ਪਾਰਟੀ ਕਰ ਲਈ, ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਰੋ ਬਈ, ਪੰਜਾਬ ਤਾਂ ਬਚਾਉਣਾ ਹੀ ਪਊ ਬਈ। ਹੁਣ ਜੇ ਹੁਣ ਵੀ ਨਾ ਆਪਾਂ ਪੰਜਾਬ ਦੇ ਲੋਕ ਜੇ ਆਪਾਂ ਹੁਣ ਵੀ ਨਾ ਜਾਗੇ ਨਾ, ਬਸ ਇੱਦੂ ਬਾਅਦ ਤਾਂ ਐਂਡ ਆ। ਹੁਣ 6-6 ਨੌਜਵਾਨ ਰੋਜ਼ ਦੇ ਮਰਵਾ ਰਹੇ ਕੇ, ਜੇ ਆਪਾਂ ਹੁਣ ਨਹੀਂ ਜਾਗ ਰਹੇ ਤਾਂ ਇੱਦੂ ਬਾਅਦ ਤਾਂ ਫਿਰ ਸਿਮਾ ਦਰਿਆ ਨਸ਼ਿਆਂ ਦਾ ਕਮੇ ਰੋੜ ਰਿਹਾ। ਕੁੜੀਆਂ, ਇੱਕ ਗੱਲ ਹੋਰ ਆ ਜੀ, ਨੌਜਵਾਨ ਕੁੜੀਆਂ, ਕੱਲ੍ਹ ਇੱਕ ਮੈਂ ਵੀਡੀਓ ਦੇਖ ਰਹੀ ਸੀ, ਉਹ ਪੰਜਾਬ ਦੀ ਕੁੜੀ ਕਹਿ ਰਹੀ ਜੀ ਤੁਸੀਂ ਮੈਨੂੰ ਚਿੱਟਾ ਲਿਆ ਦਿਓ, ਮੇਰੇ ਨਾਲ ਕੁਛ ਮਰਜ਼ੀ ਕਰ ਲਓ। ਦੇਖੋ ਕਿੱਡਾ ਵੱਡਾ, ਜਿਹੜੀ ਮਾਈ ਭਾਗੋ ਦੀਆਂ ਆਪਾਂ ਵਾਰਸਾਂ ਦੀ ਗੱਲ ਕਰਦੇ ਹਾਂ, ਉਹ ਦੇਖੋ ਕਿਹੜੇ ਆਹ ਸਰਕਾਰਾਂ ਦੀ ਗਲਤ ਤਰੀਕੇ ਨਾਲ ਕਹਿ ਜੇ ਹੋ ਗਏ। ਬਹੁਤ ਮਾੜੀ ਗੱਲ ਆ ਜੀ। ਮੈਂ ਤਾਂ ਸਰਕਾਰ ਨੂੰ ਫਿਰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ 'ਚੋਂ ਚਿੱਟੇ ਦਾ ਸਫਾਇਆ ਕਰੋ, ਗੋਲੀਆਂ ਗੱਪਿਆਂ ਸਫਾਇਆ ਕਰੋ, ਪੁਰਾਣਾ ਹੱਸਦਾ ਵੱਸਦਾ ਪੰਜਾਬ ਬਣਾਓ ਜੀ। ਜੇ ਅਫੀਮ ਦੀ ਖੇਤੀ ਦੇ ਨਾਲ ਬਦਲਾਅ ਦੇ ਨਾਲ ਚਿੱਟੇ ਦਾ ਤੋੜ ਹੈਗਾ, ਜੇ ਅਫੀਮ ਦੀ ਖੇਤੀ ਤਾਂ ਲਾਗੂ ਹੋਣੀ ਚਾਹੀਦੀ ਜੀ। ਹਾਂਜੀ, ਮੈਂ ਤਾਂ ਮੰਨਦਾ ਜੀ। ਜਿਵੇਂ ਹੁਣ ਕੱਲ੍ਹ ਸਾਡੇ ਪਿੰਡ ਦੇ 25 ਨੌਜਵਾਨ ਆਏ ਮੇਰੇ ਕੋਲ, ਮੈਨੂੰ ਕਹਿੰਦੇ ਯਾਰ ਪੋਸਟ ਵੀ ਨਹੀਂ ਮਿਲਦਾ। ਮੈਂ ਕਿਉਂ? ਕਿਉਂਕਿ ਯਾਰ ਕਹਿੰਦਾ ਸਾਨੂੰ ਇੱਕ ਚਿੱਟੇ ਤੋਂ ਹਟਣ ਵਾਸਤੇ ਦੂਜੇ ਨਸ਼ੇ 'ਤੇ ਲੱਗਣਾ ਪਊਗਾ ਜੀ। ਜੇ ਆਪਾਂ ਪੰਜਾਬ 'ਚ ਚਿੱਟਾ ਬੰਦ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਭੁੱਕੀ ਦੇ ਫੀਮ ਦੇ ਖੋਲ੍ਹਣ ਦੇ ਠੇਕਿਆਂ ਦੀ ਸਰਕਾਰ ਨੂੰ ਇਜਾਜ਼ਤ ਦੇਣੀ ਪਊਗੀ। ਜੇ ਚਾਹੁੰਦੀ ਆ, ਉਹ ਹੁਣ ਪਤਾ ਲੱਗੂ ਕਿ ਸਰਕਾਰ ਪੰਜਾਬ ਨਾਲ ਖੜਦੀ ਆ ਜਾਂ ਕਿਹਦੇ ਨਾਲ ਖੜਦੀ ਆ। ਜੇ ਚਾਹੁੰਦੀ ਹੈ ਕਿ ਪੰਜਾਬ 'ਚ ਚਿੱਟਾ ਬੰਦ ਹੋਵੇ, ਫਿਰ ਪੰਜਾਬ 'ਚ ਭੁੱਕੀ ਅਤੇ ਅਫੀਮ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਸਰਕਾਰ ਦੇਵੇ। ਨਾਲੇ ਤਾਂ ਕਿਸਾਨ ਆਤਮ ਨਿਰਭਰ ਹੋਣਗੇ ਜਿਹੜੇ ਕਰਜ਼ੇ ਦੇ ਕਰਜ਼ਾਈ ਹੋ ਪਏ ਆ, ਨਾਲੇ ਨੌਜਵਾਨ ਚਿੱਟੇ ਦੀ ਦਲਦਲ 'ਚੋਂ ਨਿਕਲ ਸਕਣਗੇ ਜੀ। ਸੋ ਬਿਲਕੁਲ ਬਾਈ ਜੀ ਆਏ ਆ BKU ਟਕੌਂਦਾ ਦੇ ਵੱਲੋਂ, ਤਾਂ ਲਿਖਿਆ ਹੋਇਆ ਪਰਮਿੰਦਰ ਸਿੰਘ ਝੋਟੇ ਨੂੰ ਰਿਹਾ ਕਰੋ, ਪੰਜਾਬ ਵਿੱਚ ਹਰ ਰੋਜ਼ 4-5 ਨੌਜਵਾਨ ਚਿੱਟੇ ਦੀ ਓਵਰਡੋਜ਼ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਇਹਨਾਂ ਹਰ ਰੋਜ਼ 4-5 ਕਤਲਾਂ ਨੂੰ ਜ਼ਿੰਮੇਵਾਰ ਕੌਣ? ਇਲਾਕੇ ਦਾ SSP, ਇਲਾਕੇ ਦਾ SHO, ਇਲਾਕੇ ਦਾ MLA ਜਾਂ ਸਰਕਾਰ CM ਭਗਵੰਤ ਸਿੰਘ ਮਾਨ? ਜਵਾਬ ਦਿਓ, ਤੁਹਾਨੂੰ ਪਾਈ 1-1 ਵੋਟ ਜਵਾਬ ਮੰਗਦੀ ਹੈ। ਸੋ ਜ਼ਰੂਰ ਬਾਈ, ਇਹਦੇ ਵੱਲ ਧਿਆਨ ਸਾਨੂੰ ਜ਼ਰੂਰ ਦੇਣਾ ਪੈਣਾ ਹੈ। ਸਰਕਾਰ ਹਲੇ ਤੱਕ ਟੱਸ ਤੋਂ ਮਸ ਨਹੀਂ ਹੋਈ। ਪਰਮਿੰਦਰ ਸਿੰਘ ਝੋਟਾ ਦੀ ਰਿਹਾਈ ਦੇ ਲਈ ਅੱਜ ਫਿਰ ਦੂਜੀ ਵਾਰ ਇਕੱਠ ਹੋ ਚੁੱਕਾ ਹੈ, ਪਰ ਕਿਸੇ ਵੀ MLA ਨੇ ਇਹਦੇ ਬਾਬਤ ਗੱਲ ਹੀ ਨਹੀਂ ਕੀਤੀ। ਤਾਂ ਇਸ ਤੋਂ ਸਰਕਾਰ ਦੀ ਮਨਸ਼ਾ ਸਾਬਤ ਹੋ ਜਾਂਦੀ ਹੈ ਵੀ ਜਿਹੜੇ ਕਹਿੰਦੇ ਸੀ ਅਸੀਂ 3 ਹਫ਼ਤਿਆਂ ਦੇ ਵਿੱਚ ਖਤਮ ਕਰਾਂਗੇ, ਕੈਪਟਨ ਨੇ ਤਾਂ ਜੀ ਸਹੁੰ ਖਾ ਲਈ, ਅਸੀਂ ਦਿਖਾਵਾਂਗੇ ਕਿਵੇਂ ਕਰਾਂਗੇ, ਅਤੇ ਆਹ ਦੇਖ ਹੀ ਰਹੇ ਆ ਲੋਕ ਭਰਾਵੋ। ਇਸ ਕਰਕੇ ਚਲੋ ਜਵਾਬ ਤਾਂ ਲੋਕ ਵੋਟਾਂ ਦੇ ਵਿੱਚ ਦੇ ਦੇਣਗੇ, ਪਰ ਜਿਹੜਾ ਪਰਮਾਤਮਾ ਨੂੰ ਲੇਖਾ ਦੇਣਾ ਉਹ ਅਲੱਗ ਤੁਸੀਂ ਦੇਣਾ ਫਿਰ। ਇਸ ਕਰਕੇ ਸਰਕਾਰਾਂ ਨੂੰ ਜ਼ਰੂਰ ਬੇਨਤੀ ਕਰਦੇ ਹਾਂ, ਮਰ ਰਹੇ ਮਾਵਾਂ ਦੇ ਪੁੱਤਾਂ ਵੱਲ ਵੇਖੋ, ਧੀਆਂ ਵੱਲ ਵੇਖੋ, ਸੁਹਾਗ ਉੱਜੜ ਰਹੇ ਨੇ, ਪਤਨੀਆਂ ਦੇ ਭੈਣਾਂ ਦੇ ਵੀਰ ਉੱਜੜ ਰਹੇ ਨੇ, ਤਾਂ ਉਹਦੇ ਵੱਲ ਜ਼ਰੂਰ ਧਿਆਨ ਦਿਓ ਭਗਵੰਤ ਮਾਨ ਜੀ। ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।